ਪੰਜਾਬੀ ਰੇਡੀਓ ਜੋ ਐਸ ਐਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਖਬਰ ਅਤੇ ਨਜ਼ਰ ਪ੍ਰੋਗਰਾਮ ਵਿੱਚ ਅੱਜ ਸਾਡੇ ਨਾਲ ਸਾਥ ਦੇਣਗੇ ਬਲਤੇਜ਼ ਪੰਨੂ ਜੋ ਪੰਜਾਬ ਦੇ ਵਿੱਚ ਸਪੈਸ਼ਲੀ ਘਟਨਾਵਾਂ ਵਰਤਦੀਆਂ ਨੇ ਜੀ ਅੱਜ ਕੱਲ੍ਹ ਉਹਨਾਂ 'ਤੇ ਆਪਾਂ ਗੱਲਬਾਤ ਕਰਾਂਗੇ ਥੋੜ੍ਹਾ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਕਿ ਕੀ ਕੁਛ ਚੱਲ ਰਿਹਾ ਆ ਅਤੇ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਓਬਾਮਾ ਕੇਅਰ ਅਤੇ ਹੋਰ ਸਾਰੀ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਉਹਨਾਂ ਦਾ ਫੋਨ ਨੰਬਰ 4082722500 ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ ਸ਼ੇਰਗਿੱਲ ਪਰਿਵਾਰ ਸਲਮਾ ਤੋਂ ਰਿਸ਼ਪਾਲ ਕੌਰ ਖੰਗੂੜਾ ਦੇ ਪਰਿਵਾਰ ਬੇਕਰਸਫੀਲਡ ਤੋਂ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ ਸੁਲੱਖਣ ਸਿੰਘ ਜੀ ਸੋਢੀ ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਨਹੀਂ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਅੱਥੇ ਜੀ ਬਲਤੇਜ ਪੰਨੂ ਜੀ ਸਭ ਤੋਂ ਪਹਿਲਾਂ ਜਿਹੜੀ ਅੱਜ ਸਵੇਰ ਦੀ ਖਬਰ ਹੈਗੀ ਆ ਕਿ ਜਿਸ ਤਰ੍ਹਾਂ ਪੰਜ ਪਿਆਰਿਆਂ ਨੇ ਤਲਬ ਕੀਤਾ ਸੀਗਾ ਸਾਡੇ ਜਥੇਦਾਰਾਂ ਨੂੰ ਅਤੇ ਉਹ ਉੱਥੇ ਨਹੀਂ ਆਏ ਅਤੇ ਉਹਨਾਂ ਨੇ ਜਥੇਦਾਰੀ ਚੱਲਦੇ ਕਰ ਦਿੱਤੇ ਜੀ ਜਿਹੜੇ ਇਹ ਅਕਾਲ ਤਖ਼ਤ ਸਾਹਿਬ ਦੇ ਉੱਤੇ ਅੰਮ੍ਰਿਤ ਛਕਾਉਣ ਵਾਲੇ ਜਿਹੜੇ ਪੰਜ ਪਿਆਰੇ ਨੇ ਜੀ ਉਹ ਇਸ ਵੇਲੇ ਚਰਚਿਤ ਨੇ ਔਰ ਉਹਨਾਂ ਨੂੰ ਬੇਸ਼ੱਕ ਅਵਤਾਰ ਸਿੰਘ ਮੱਕੜ ਹੋਰਾਂ ਨੇ ਇਹ ਕਿਹਾ ਸੀਗਾ ਜੀ ਕਿ ਉਹ ਮੁਅੱਤਲ ਨੇ ਔਰ ਮੁਅੱਤਲ ਕੀਤੇ ਹੋਏ ਨੇ ਕਰ ਦਿੱਤੇ ਨੇ ਪਰ ਉਹਨਾਂ ਨੇ ਆਪਣੇ ਮਿੱਥੇ ਸਮੇਂ ਮੁਤਾਬਕ ਜਿਹੜਾ ਜੀ ਉਹ ਤਖ਼ਤ ਸਾਹਿਬ ਦੇ ਉੱਤੇ ਪਹੁੰਚੇ ਡੇਢ ਘੰਟਾ ਉਹਨਾਂ ਨੇ ਜਿਹੜਾ ਸੀਗਾ ਉਹ ਇੰਤਜ਼ਾਰ ਕੀਤਾ ਇਹਨਾਂ ਜਥੇਦਾਰਾਂ ਦਾ ਬਾਅਦ ਦੇ ਵਿੱਚ ਉਹਨਾਂ ਨੇ ਗੁਰਮਤਾ ਜਿਹੜਾ ਪੜ੍ਹ ਕੇ ਸੁਣਾਇਆ ਕਿ ਡੇਢ ਘੰਟਾ ਇੰਤਜ਼ਾਰ ਕੀਤਾ ਨਾ ਕੋਈ ਜਥੇਦਾਰ ਆਇਆ ਪੰਜਾਂ ਦੇ ਵਿੱਚੋਂ ਕੋਈ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਭੇਜਿਆ ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਹੈ ਉਹਨੂੰ ਉਹ ਹੁਕਮ ਕਰਦੇ ਨੇ ਕਿ ਇਹਨਾਂ ਪੰਜਾਂ ਨੂੰ ਜਿਹੜਾ ਜੀ ਉਹ ਉਹਨਾਂ ਦੇ ਅਹੁਦਿਆਂ ਤੋਂ ਚਲਦਾ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਜਿਹੜੀ ਹੈ ਜੀ ਉਹਨੂੰ ਦੁਵਿਧਾ ਦੇ ਵਿੱਚ ਪਾਉਣ ਦੇ ਵਾਸਤੇ ਇਹ ਪੰਜੇ ਜਿਹੜੇ ਉਹ ਜ਼ਿੰਮੇਵਾਰ ਨੇ ਇਹਦੇ ਵਿੱਚ ਜਿਹੜਾ ਪੁਆਇੰਟ ਵੇਖਣ ਵਾਲਾ ਇਹ ਹੈ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਕਿਹਾ ਉਹਨਾਂ ਨੇ ਐਗਜ਼ੈਕਟਿਵ ਕਮੇਟੀ ਨੂੰ ਜਿਹੜਾ ਜੀ ਇਹ ਹੁਕਮ ਉਹ ਇਹਨਾਂ ਜਥੇਦਾਰਾਂ ਨੂੰ ਚੱਲਦਾ ਕਰੇ ਇਹਦੇ ਕਰਕੇ ਇੱਕ ਟੈਕਨੀਕਲ ਜਿਹੜਾ ਜੀ ਸਵਾਲ ਇਹਦੇ ਵਿੱਚ ਇਹ ਆ ਗਿਆ ਕਿ ਜਿਹੜੀ ਐਗਜ਼ੈਕਟਿਵ ਕਮੇਟੀ ਆ ਉਹ ਹੁਣ ਸਾਰੀ ਦੀ ਸਾਰੀ ਨਹੀਂ ਕਹਿ ਸਕਦੀ ਕਿ ਅਸੀਂ ਜਿਹੜਾ ਜੀ ਪੰਜ ਪਿਆਰਿਆਂ ਨੂੰ ਮੁਅੱਤਲ ਕਰਦੇ ਹਾਂ ਕਿਉਂਕਿ ਪਹਿਲੀ ਜਿਹੜੀ ਮੀਟਿੰਗ ਹੋ ਚੁੱਕੀ ਆ ਉਹਦੇ ਵਿੱਚ ਮੁਅੱਤਲੀ ਦੇ ਉੱਤੇ ਇਸ ਐਗਜ਼ੈਕਟਿਵ ਕਮੇਟੀ ਨੇ ਮੋਹਰ ਨਹੀਂ ਲਾਈ ਔਰ ਇਸ ਕਰਕੇ ਇਹ ਜਿਹੜਾ ਪੁਆਇੰਟ ਆ ਇਹਦੇ ਵਿੱਚ ਘੱਟ ਜਿਹੜਾ ਦੀ ਉਭਾਰਿਆ ਗਿਆ ਪਰ ਵੇਖਣ ਵਾਲਾ ਪੁਆਇੰਟ ਹੈ ਕਿ ਉਹਨਾਂ ਨੇ ਐਗਜ਼ੈਕਟਿਵ ਕਮੇਟੀ ਜਿਹੜੀ ਆ ਉਹਨੂੰ ਇਹ ਹੁਕਮ ਲਾਇਆ ਕਿ ਇਹਨਾਂ ਨੂੰ ਚੱਲਦਾ ਜਿਹੜਾ ਜੀ ਉਹ ਕੀਤਾ ਜਾਵੇ ਹਾਲ ਦੀ ਘੜੀ ਬੇਸ਼ੱਕ ਸੰਭਾਲ ਕੇ ਰੱਖ ਲੈਣ ਮੱਕੜ ਸਾਹਿਬ ਉਹਨਾਂ ਨੂੰ ਪਰ ਕਿੰਨੇ ਕੁ ਦਿਨ ਜਿਹੜਾ ਜੀ ਉਹ ਰੱਖਣਗੇ ਇਹ ਸਵਾਲ ਹੈ ਹਾਂਜੀ ਬਿਲਕੁਲ ਅਤੇ ਅੱਗੇ ਆਪਾਂ ਗੱਲ ਕਰੀਏ ਕਿ ਥਾਂ ਥਾਂ 'ਤੇ ਜਿਹੜੇ ਸਿੱਖ ਹੈਗੇ ਆ ਜਿਹੜੇ ਜਿਨ੍ਹਾਂ ਦਾ ਜਿਹੜਾ ਗੁੱਸਾ ਹੈ ਉਹ ਵੀ ਵਾਜਬ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਤੇ ਅਕਾਲੀ ਦਲ ਦੇ ਮੈਂਬਰਾਂ ਨੂੰ ਘੇਰ ਰਹੇ ਆ ਕੱਲ ਦਾ ਦਿਨ ਸਮੁੱਚਾ ਦਿਨ ਜਿਹੜਾ ਸੀਗਾ ਜੀ ਉਹ ਇਹਨਾਂ ਅਕਾਲੀ ਦਲ ਦੇ ਸਾਬਕਾ ਮੌਜੂਦਾ MLA ਮੰਤਰੀਆਂ ਸੰਤਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦੇ ਉੱਤੇ ਬੜਾ ਜਿਹੜਾ ਜੀ ਉਹ ਭਾਰੀ ਰਿਹਾ ਜਿਵੇਂ ਸਾਹਾ ਭਾਰੀ ਹੁੰਦਾ ਵਿਆਹ ਦਾ ਕੁਛ ਇਸੇ ਤਰੀਕੇ ਦਾ ਹੀ ਸੀਗਾ ਜੀ ਤਲਵੰਡੀ ਸਾਬੋ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਮਰੀਕ ਸਿੰਘ ਕੋਟਸ਼ਵੀਰ ਤੇ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਜਿਹੜੇ ਸੀ ਉਹ ਲੋਕਾਂ ਨੇ ਘੇਰ ਲਏ ਪਹਿਲਾਂ ਤਾਂ ਇਹਨਾਂ ਨੇ ਲੰਘਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਫਿਰ ਇਹਨਾਂ ਨੇ ਕਾਰ ਜਿਹੜੀ ਸੀ ਉਹ ਭਜਾ ਲਈ ਪਰ ਕਾਰ ਦਾ ਸ਼ੀਸ਼ਾ ਜਿਹੜਾ ਸੀ ਉਹ ਤੋੜ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਿਹੜਾ ਜੀ ਉਹ ਇਹ ਕਹਿੰਦਾ ਅਮਰੀਕ ਸਿੰਘ ਕੋਟਸ਼ਮੀਰ ਕਿ ਮੈਂ ਤਾਂ ਮਾਹੌਲ ਵੇਖ ਕੇ ਜਿਹੜਾ ਜੀ ਉੱਥੋਂ ਵਾਪਸ ਚਲੇ ਗਿਆ ਇਹ ਅਸਲ ਦੇ ਵਿੱਚ ਨਾ ਭਲਵਾਨੀ ਜਿਹੜਾ ਦੇਣ ਦੇ ਵਾਸਤੇ ਹੌਲੀ ਹੌਲੀ ਬਾਹਰ ਨਿਕਲ ਰਹੇ ਨੇ ਕਿ ਦੇਖੀਏ ਸ਼ਾਇਦ ਜਿਹੜਾ ਜੀ ਜਿਵੇਂ ਕੱਛੂ ਘੁੰਮਾ ਹੌਲੀ ਜੀ ਸਿਰੀ ਕੱਢ ਕੇ ਦੇਖਦਾ ਵੀ ਕੋਈ ਖਤਰਾ ਤਾਂ ਨਹੀਂ ਜੇ ਖਤਰਾ ਨਹੀਂ ਤਾਂ ਅੱਗੇ ਤੁਰ ਪੈਂਦਾ ਉਸੇ ਤਰੀਕੇ ਦੀਆਂ ਇਹ ਫੇਰੀਆਂ ਨੇ ਜਿਹੜੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬੀਬੀ ਜਗੀਰ ਕੌਰ ਹੋਰੀ ਪਹਿਲਾਂ ਤਾਂ ਇੱਕ ਦਿਨ ਬਚ ਗਏ ਸਨ ਕਪੂਰਥਲੇ ਦੇ ਵਿੱਚ ਸਿੱਖ ਸੰਗਤਾਂ ਨੇ ਜਿਹੜਾ ਜੀ ਸਟੇਟ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਸਰਬਜੀਤ ਸਿੰਘ ਮੱਕੜ ਨੂੰ ਤੇ ਡਾਕਟਰ ਉਪਿੰਦਰਜੀਤ ਕੌਰ ਜਿਹੜੀ ਸਾਬਕਾ ਮੰਤਰੀ ਆ ਉਹਨਾਂ ਨੂੰ ਆ ਕੇ ਗੁਰਦੁਆਰੇ ਦੇ ਵਿੱਚ ਘੇਰ ਲਿਆ ਜਦੋਂ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਆ ਗਏ ਤਾਂ ਫਿਰ ਪੁਲਿਸ ਨੇ ਜਿਹੜਾ ਸੀਗਾ ਜੀ ਇਹਨਾਂ ਨੂੰ ਗੁਰਦੁਆਰੇ ਦੇ ਪਿਛਲੇ ਬੂਹੇ ਥਾਣੀ ਕੱਢਿਆ ਪਰ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਸੀ ਉਹ ਲੋਕਾਂ ਨੇ ਭੰਨ ਦਿੱਤੀਆਂ ਕੋਈ 15 ਕੁ ਦੇ ਕਰੀਬ ਜਿਹੜੇ ਨੌਜਵਾਨ ਨੇ ਇੱਥੋਂ ਗ੍ਰਿਫਤਾਰ ਹੋਏ ਨੇ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਵਿਰੋਧ ਜਿਹੜਾ ਉਹ ਕੀਤਾ ਗਿਆ ਔਰ ਉਹਨਾਂ ਨੂੰ ਵੀ ਜਿਹੜਾ ਜੀ ਉੱਥੋਂ ਆਪਣੀ ਜਾਨ ਬਚਾ ਕੇ ਪੁਲਿਸ ਦੀ ਪ੍ਰੋਟੈਕਸ਼ਨ ਦੇ ਹੇਠ ਜਿਹੜਾ ਉਹ ਭੱਜਣਾ ਪਿਆ ਉੱਥੇ ਵੀ
ਜਿਹੜੇ ਗ੍ਰਿਫਤਾਰੀਆਂ ਉਹ ਹੋਈਆਂ ਨੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜਾ ਜੀ ਇਹਨਾਂ ਅਕਾਲੀਆਂ ਦਾ ਵਿਰੋਧ ਜਿਹੜਾ ਸੀਗਾ ਉਹ ਜਾਰੀ ਰਿਹਾ ਬੇਸ਼ੱਕ ਜਿਹੜਾ ਸਰਕਾਰੀ ਤੌਰ ਦੇ ਉੱਤੇ ਆਖਿਆ ਗਿਆ ਜੀ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਉਹ ਆਮ ਵਰਗੇ ਹੋ ਗਏ ਨੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਉਹ ਸ਼ਾਂਤੀ ਹੈ ਇਹ ਸਰਕਾਰੀ ਤੌਰ ਦੇ ਉੱਤੇ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਬਿਆਨ ਹੈ ਪਰ ਇਹਦੇ ਨਾਲ ਲੱਗਵਾਂ ਇੱਕ ਬਿਆਨ ਜਿਹੜਾ ਇਹਨੂੰ ਕੱਟੀ ਜਾਂਦਾ ਕਿ ਪਟਿਆਲੇ ਦੇ ਵਿੱਚ ਵੀ ਜਿਹੜੀਆਂ ਸੁਰੱਖਿਆ ਫੋਰਸਿਸ ਨੇ BSF ਦੇ ਜਿਹੜੇ ਦਸਤੇ ਨੇ ਉਹ ਰਾਤੀ ਚਲੇ ਗਏ ਨੇ ਜੀ ਜੀ ਬਿਲਕੁਲ ਜਿੱਥੇ ਪੁਲਿਸ ਦੇ ਨਾਲ ਨਾਲ ਫੌਜ ਹੋਵੇ ਤਾਂ ਉੱਥੇ ਇਸ ਤਰ੍ਹਾਂ ਹੁੰਦੀ ਆ ਅਤੇ ਅੱਗੇ ਆਪਾਂ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਉਹ ਨੰਬਰ 1 ਜਿਹੜਾ ਨੈਸ਼ਨਲ ਹਾਈਵੇ ਉਹ ਵੀ ਬੰਦ ਜੀ ਇਹ ਜਿਹੜਾ ਦਿੱਲੀ ਕੱਟ ਦਿੱਤੀ ਜੀ ਲੋਕਾਂ ਨੇ ਕੱਲ੍ਹ ਇੱਕ ਕਿਸਮ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਇੱਕਦਮ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਪਹਿਲਾਂ ਪਲਾਨ ਕੀਤੇ ਦੇ ਮੁਤਾਬਕ ਕਿਉਂਕਿ ਇਹ ਕੋਈ ਕਿਸੇ ਨੂੰ ਭਿਣਕ ਨਹੀਂ ਪਈ ਉਹ ਸ਼ੰਭੂ ਬਾਰਡਰ ਦੇ ਉੱਤੇ ਨੈਸ਼ਨਲ ਨੰਬਰ 1 ਦੇ ਉੱਤੇ ਆਣ ਬੈਠੇ ਜੀ ਔਰ ਕਿਉਂਕਿ ਇਹ ਦਿੱਲੀ ਦੇ ਨਾਲ ਜੋੜਦਾ ਜੀ ਨੈਸ਼ਨਲ ਹਾਈਵੇ ਨੰਬਰ 1 ਔਰ ਇਹਦੇ ਨਾਲ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਸੀਗੀਆਂ ਉਹ ਲੱਗ ਗਈਆਂ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਜਿਹੜਾ ਜੀ ਇਸ ਨੈਸ਼ਨਲ ਹਾਈਵੇ ਦੇ ਉੱਤੇ ਰਹਿੰਦਾ ਦੂਜੇ ਪਾਸੇ ਸੰਗਰੂਰ ਤੋਂ ਜਿਹੜੀ ਸੜਕ ਦਿੱਲੀ ਨੂੰ ਜੋੜਦੀ ਆ ਉਹਦੇ ਉੱਤੇ ਵੀ ਲੋਕ ਜਿਹੜੇ ਜੀ ਉਹ ਆ ਕੇ ਬਹਿ ਗਏ ਤੇ ਉੱਥੇ ਵੀ ਜਿਹੜੀਆਂ ਲਾਈਨਾਂ ਸੀਗੀਆਂ ਜੀ ਬਹੁਤ ਲੰਮੀਆਂ ਲੰਮੀਆਂ ਜਿਹੜੀਆਂ ਉਹ ਲੱਗ ਗਈਆਂ ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਸੀਗਾ ਜੀ ਇਹ ਰਾਤ ਤੱਕ ਘਿਰਿਆ ਰਿਹਾ ਜਿਹੜੇ ਪੁਲਿਸ ਪ੍ਰਸ਼ਾਸਨ ਸੀਗਾ ਜੀ ਉਹਨਾਂ ਨੇ ਇੱਥੇ ਆ ਕੇ ਜਿਹੜੇ ਧਰਨਾਕਾਰੀ ਸੀਗੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟਸ ਤੋਂ ਮਸ ਜਿਹੜੇ ਜੀ ਉਹ ਨਹੀਂ ਹੋਏ ਕਿਉਂਕਿ ਗਿਣਤੀ ਬਹੁਤ ਵੱਡੀ ਸੀਗੀ ਪੁਲਿਸ ਤੇ ਜਿਹੜੇ ਸੀਗੇ ਜੀ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਜੇਕਰ ਲਾਠੀਚਾਰਜ ਜਾਂ ਉਂਝ ਉਠਾਇਆ ਜਾਂਦਾ ਤਾਂ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਸਕਦੇ ਨੇ ਪੂਰਾ ਦਿਨ ਜਿਹੜਾ ਸੀਗਾ ਜੀ ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਜੀ ਉਹ ਜਾਮ ਰਿਹਾ ਜਿਹੜੀਆਂ ਲੰਮੇ ਰੂਟ ਵਾਲੀਆਂ ਬੱਸਾਂ ਸੀਗੀਆਂ ਉਹਨਾਂ ਨੂੰ ਫਿਰ ਜ਼ੀਰਕਪੁਰ ਥਾਣੀ ਚੰਡੀਗੜ੍ਹ ਦੇ ਵਿੱਚੋਂ ਦੀ ਕੱਢਿਆ ਗਿਆ ਔਰ ਲੋਕ ਜਿਹੜੇ ਸਨ ਉਹ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਪੰਜਾਬ ਵੱਲ ਨੂੰ ਜਿਹੜਾ ਉਹ ਆਉਂਦੇ ਰਹੇ ਪਿੰਡਾਂ ਦੀਆਂ ਸੜਕਾਂ ਕਿਉਂਕਿ ਸਿੰਗਲ ਨੇ ਤੇ ਕੁਝ ਥਾਵਾਂ ਦੇ ਉੱਤੇ ਲੰਮੇ ਲੰਮੇ ਜਾਮ ਜਿਹੜੇ ਸੀਗੇ ਜੀ ਉਹ ਲੱਗੇ ਰਹੇ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੇ ਧਰਨੇ ਚੱਲ ਰਹੇ ਨੇ ਉਹ ਵੀ ਅਜੇ ਕਾਫੀ ਜਗ੍ਹਾ ਦੇ ਉੱਤੇ ਜਿਹੜੇ ਉਹ ਚੱਲੀ ਜਾ ਰਹੇ ਨੇ ਰਾਤ ਨੂੰ ਹੀ ਬਹੁਤੇ ਲੋਕ ਜਿਹੜਾ ਨਿਕਲਦੇ ਨੇ ਪਰ ਨੈਸ਼ਨਲ ਹਾਈਵੇ ਨੰਬਰ 1 ਦਾ ਕਿਸੇ ਨੂੰ ਚਿਤ ਕੀਤਾ ਨਹੀਂ ਸੀਗਾ ਕਿ ਇਸ ਜਗ੍ਹਾ ਤੱਕ ਵੀ ਜਿਹੜਾ ਉਹ ਧਰਨਾਕਾਰੀ ਪਹੁੰਚ ਸਕਦੇ ਨੇ ਇਹ ਜਿਹੜਾ ਜੀ 8 ਵਜੇ ਦੇ ਕਰੀਬ ਉਸ ਧਰਨੇ ਤੋਂ ਉੱਠ ਜ਼ਰੂਰ ਗਏ ਨੇ ਪਰ ਅਜੇ ਉਹਨਾਂ ਨੇ ਇਹ ਨਹੀਂ ਕਿਹਾ ਜੀ ਕਿ ਇਹ ਧਰਨਾ ਜਿਹੜਾ ਜੀ ਉਹ ਸਮਾਪਤ ਹੋ ਗਿਆ ਜਿਹੜਾ ਉੱਧਰ ਹਰੀਕੇ ਹੈੱਡਵਰਕਸ ਆ ਜਿਹੜਾ ਉਹਦੇ ਉੱਤੇ ਧਰਨਾ ਲਾਇਆ ਗਿਆ ਉੱਥੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ SSP SDM ਜ਼ੀਰਾ ਜਿਹੜੇ ਉਹ ਸਾਰੇ ਜਾ ਕੇ ਸਮਝਾਉਂਦੇ ਰਹੇ ਪਰ ਉਹਨਾਂ ਨੇ ਧਰਨਾ ਜਿਹੜਾ ਨਹੀਂ ਚੁੱਕਿਆ ਉਹਨਾਂ ਨੇ ਮੰਗ ਇਹ ਕੀਤੀ ਆ ਕਿ ਜਿਹੜੇ 5 ਪਿਆਰੇ ਨੇ ਉਹਨਾਂ ਦੀ ਮੁਅੱਤਲੀ ਰੱਦ ਕੀਤੀ ਜਾਵੇ ਉਹ 5 ਪਿਆਰੇ ਇੱਥੇ ਆ ਕੇ ਸਾਨੂੰ ਹੁਕਮ ਦੇ ਦੇਣ ਤੇ ਅਸੀਂ ਉਸੇ ਵੇਲੇ ਧਰਨਾ ਜਿਹੜਾ ਜੀ ਉਹ ਚੁੱਕ ਲਾਂਗੇ ਉਨੀ ਦੇਰ ਤੱਕ ਅਸੀਂ ਹਰੀਕੇ ਹੈੱਡਵਰਕਸ ਤੋਂ ਇਹ ਧਰਨਾ ਨਹੀਂ ਚੁੱਕਦੇ ਜੀ ਇਹ ਤਾਂ ਜਿਸ ਤਰ੍ਹਾਂ ਆਪਾਂ ਜਿਹੜਾ ਚੱਲ ਰਿਹਾ ਆ ਉਸ ਦੇ ਨਾਲ ਹੀ ਲੱਗਦੀ ਸੀਗੀ ਉਹਨਾਂ ਦੇ ਰੋਸ ਮਾਰਚ ਆ ਉਹਨਾਂ ਨੇ ਧਰਨੇ ਲਾਏ ਹੋਏ ਆ ਨਾਲ ਨਾਲ ਜੇ ਕਿਸਾਨਾਂ ਦੀ ਵੀ ਗੱਲ ਕਰੀਏ ਪੁਲਿਸ ਬਹੁਤ ਸਖਤੀ ਕਰ ਰਹੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਆ ਪਰ ਫਿਰ ਵੀ ਉਹਨਾਂ ਨੇ ਕਿਸਾਨਾਂ ਨੇ ਜਿਹੜੇ ਆ ਉਹਨਾਂ ਦੇ ਮੰਤਰੀਆਂ ਦੇ ਘਰ ਆ ਉਹ ਘੇਰੇ ਹੋਏ ਆ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਕੱਲ੍ਹ ਵੀ ਚੱਲਦੀਆਂ ਰਹੀਆਂ ਕੱਲ੍ਹ ਤੜਕੇ ਤਾਂ ਬਹੁਤ ਗ੍ਰਿਫਤਾਰੀਆਂ ਹੋਈਆਂ ਔਰ ਪੰਜਾਬ ਦੇ ਵਿੱਚ ਜਿਹੜੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਵੀ ਪੁਲਿਸ ਨੇ ਚੁੱਕੇ ਨੇ ਪਰ ਇਹਨਾਂ ਦਾ ਕੋਈ ਅਸਰ ਜਿਹੜਾ ਜੀ ਧਰਨਿਆਂ ਦੇ ਉੱਤੇ ਨਹੀਂ ਹੋਇਆ ਔਰ ਜਿਹੜੇ ਕਿਸਾਨ ਸੀਗੇ ਉਹਨਾਂ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਮੰਤਰੀਆਂ ਮੁੱਖ ਸੰਸਦੀ ਸਕੱਤਰਾਂ ਵਿਧਾਇਕ ਉਹਨਾਂ ਦੇ ਘਰ ਜਿਹੜੀ ਘੇਰਨ ਦੀ ਯੋਜਨਾ ਸੀਗੀ ਉਹਨੂੰ ਉਹ ਸਫਲ ਜਿਹੜਾ ਜੀ ਉਹ ਬਣਾ ਦਿੱਤਾ ਜਿਹੜੇ ਕਿਸਾਨ ਸੀਗੇ ਜਿਹਨਾਂ ਦੱਸਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕਿਸਾਨਾਂ ਮਜ਼ਦੂਰਾਂ ਨੂੰ ਜਿੱਥੇ ਜਿੱਥੇ ਰੋਕਿਆ ਗਿਆ ਉਹਨਾਂ ਨੇ ਸੜਕਾਂ ਦੇ ਉੱਤੇ ਜਿਹੜੇ ਸੀਗੇ ਉਹ ਧਰਨੇ ਲਾ ਦਿੱਤੇ ਜੀ ਜਿਹੜੇ ਮੋਗੇ ਦੇ ਵਿੱਚ ਖੇਤੀ ਮੰਤਰੀ ਤੋਤਾ ਸਿੰਘ ਬਹੁਤ ਚਰਚਿਤ ਜਿਹੜੇ ਨੇ ਉਹਨਾਂ ਦਾ ਘਰ ਘੇਰਿਆ ਸੰਗਰੂਰ 'ਚ ਪਰਮਿੰਦਰ ਸਿੰਘ ਢੀਂਡਸਾ ਪਟਿਆਲੇ 'ਚ ਸੁਰਜੀਤ ਸਿੰਘ ਰੱਖੜਾ ਅੰਮ੍ਰਿਤਸਰ 'ਚ ਵਿਕਰਮ ਸਿੰਘ ਮਜੀਠੀਆ ਤਰਨ ਤਾਰਨ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਜਲੰਧਰ 'ਚ ਅਜੀਤ ਸਿੰਘ ਕੁਹਾਰ ਮਾਨਸਾ 'ਚ ਤਿੰਨ ਸਿੰਘ ਸਮਾਉ ਪ੍ਰੇਮ ਮਿੱਤਲ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਜਿਹੜੇ ਸੀ ਉਹ ਕੀਤੇ ਗਏ ਮੁਕਤਸਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵੱਲ ਜਾਂਦਿਆਂ ਸਿੱਧੇਵਾਲ ਦੇ ਵਿੱਚ ਪੁਲਿਸ ਨੇ ਕਿਸਾਨਾਂ ਮਜ਼ਦੂਰਾਂ ਨੂੰ ਰੋਕ ਲਿਆ ਉਹਨਾਂ ਨੇ ਉੱਥੇ ਹੀ ਜਾਮ ਜਿਹੜਾ ਸੀ ਉਹ ਲਾ ਦਿੱਤਾ ਬਠਿੰਡਾ ਬਾਦਲ ਸੜਕ ਦੇ ਉੱਤੇ ਨੰਦ ਵਿੱਚ ਜਾਮ ਲੱਗਿਆ ਰਿਹਾ ਬਠਿੰਡਾ ਭਗਤਾ ਸੜਕ ਦੇ ਉੱਤੇ ਸਿਕੰਦਰ ਸਿੰਘ ਮਲੂਕਾ ਦੇ ਘਰ ਦੇ ਵੱਲ ਜਾਂਦਿਆਂ ਕੋਠਾ ਗੁਰੂ ਦੇ ਵਿੱਚ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਉੱਥੇ ਉਹਨਾਂ ਨੇ ਜਾਮ ਲਾਤਾ ਕਾਨੂੰਵਾਨ ਚੌਕ ਦੇ ਵਿੱਚ ਗੁਰਦਾਸਪੁਰ 'ਚ ਬੱਬੇ ਵਾਲੀ ਦੇ ਘਰ ਦੇ ਵੱਲ ਜਾਂਦਿਆਂ ਰਾਹ ਰੋਕਣ ਕਰਕੇ ਜਾਮ ਲੱਗ ਗਿਆ ਅਰਵਿੰਦਰ ਰਸੂਲਪੁਰ ਦੇ ਘਰ ਦੇ ਸਾਹਮਣੇ ਜਾਮ ਲੱਗਿਆ ਗਿਆ ਜੀ ਪਠਾਨਕੋਟ ਦੇ ਵਿੱਚ ਦਰੇਸ਼ ਬੱਬੂ ਦਾ ਘਰ ਜਿਹੜਾ ਜੀ ਉਹ ਕਿਸਾਨਾਂ ਤੇ ਮਜ਼ਦੂਰਾਂ ਨੇ ਘੇਰਿਆ
किसान आगुआ ने यह कहा जी कि बेशक ये रोस प्रदर्शन 3 बजे खत्म हो जाना पर पुलिस की धक्केशाही करके ये धरने जोड़े थे लेट नाइट तक जोड़े जारी रहे। किसानों ने कहा कि मंत्रियों के घर घेरन का उन्होंने जोड़ा प्रोग्राम है जी वो अजे जारी रहेगा जी जी। तो अगे जे गल करिए जी कांग्रेस के काटो कलेष की प्रधानगी लैके काफ़ी सालों तो जोड़ा रीढ़का आ वह चलिया आ रहा तो इस कैप्टन ने राहुल आम आदमी पार्टी तो डराया। बिल्कुल जी कैप्टन अमरिंदर सिंह उन्होंने राहुल जी के मुलाकात की है तो जेडे इतने पंजाब कहते जी कि आम आदमी पार्टी पानी का बुलबुला उन्होंने जाके राहुल गांधी ने यह दसिया जी कि जिनी देर कांग्रेस के दे काटो कलेष चलता रहेगा उन्नी देर आम आदमी पार्टी जी है जी वो होर स्ट्रोंग होंगी जाऊगी। कैप्टन अमरिंदर सिंह उन्होंने राहुल गांधी ने यह दसन की कोशिश की कि पंजाब दे विच कांग्रेस का मुकाबला अकाली दल या बीजेपी के नाल नहीं है इतने पंजाब दे विच उहदा मुकाबला आम आदमी पार्टी के नाल है। राहुल गांधी ने अजे कांग्रेस की लीडरशिप के बारे कुछ भी फैसला जिहड़ा जी वह नहीं किया ना कोई किसी किस्म का भरोसा दिता पर यह पता लग्या जी कि कोई भी फैसला करन तों पहला एक बार होर वह कैप्टन अमरिंदर सिंह होरां नूं मिल जिहड़ा जी वह चाहते हैं। कैप्टन अमरिंदर सिंह होरां ने यह दस्या जी कि जे कांग्रेस पंजाब दे विच सफल होना चाहती है तो वह कैप्टन अमरिंदर सिंह होरां नूं फुल फ्लैज कमांड जिहड़ी है जी वह दे देवे यही कांग्रेस के कोल राह आ इस तों बिना कांग्रेस इत्थे सरवाइव जिहड़ा जी वह नहीं कर सकती। उधर जी कांग्रेस की लीडरशिप है हाईकमान जी है जी वह फूक फूक के कदम जरा रखण के विश्वास कर रही है वो ये समझती है कि जे इतने कोई धड़ा नाराज हो गया तो बाजी जी है जी वह पुठी पै सकती है जिदे करके वालों जरा जी कोई भी फैसला लैन तो पहला सारे धड़िया के नाल जी है जी वह मुलाकात की जा रही है। कैप्टन अमरिंदर सिंह होर ने ये उत्ते कोई ऑफिशियली बयान जरा जी बाहर आके नहीं दिता पर जिहड़ियां लीक ही करनियां हुंदियां ने गल्लां वो उन्होंने उन्होंने नेड़े तेड़े वालों ने सारिया जिहड़ियां लीक कीतियां ने कि दस्या यह गया राहुल गांधी नूं कि इस वेले आम आदमी पार्टी जिहड़ी है जी वो पंजाब दे विच चढ़ी आउंदी आ ते इहनूं ठल्लण दे वास्ते जे कोई कामयाब हो सकदा तो वो सिर्फ कैप्टन अमरिंदर सिंह है। हाँ जी बिल्कुल ता कि प्रधानगी किसी ना किसी तरह मिल जाए। तो अगे जी आप दिल्ली के मुख्यमंत्री अरविंद केजरीवाल की गल करते हैं कि वह भी पंजाब आ रहे हैं तो कोटकपुरे भी जाएंगे जी अज अमृतसर उतर रहे हैं जी है और उतों दरबार साहब मत्था टेकणगे तो बाद सड़की रस्ते राही जिहड़ा जी वो जाएंगे जिहड़े दो पुलिस की गोली के नाल मारे गए व्यक्ति ने उन्होंने घर अफसोस करने वास्ते और उतों फिर वापस ही जरा जी वह अमृतसर आके वो दिल्ली जाएंगे। जी दिल्ली के मुख्यमंत्री अरविंद केजरीवाल होर के दफ्तर के वालों जारी की गई प्रेस रिलीज है उसके विच ये दस्या गया कि वो कोई सियासी गल जी है जी वो नहीं करनगे ना पत्रकारों के जोड़े है जी वो सवालों के बहुते जवाब सियासी तौर के उत्ते जोड़े जी वो देंगे। जी पार्टी है जी उन्होंने भी हदायत की गई ने वर्कर के कोई भी जोड़ा वर्कर है वो पार्टी की कोई टोपी नहीं लूगा पार्टी का कोई जोड़ा गुलूबंद गल पाते हैं वो नहीं लूगा ना किसी जगह देते कोई स्वागत जोड़ा जी वो किया जाऊगा अरविंद केजरीवाल होर ना कोई जिंदाबाद मुर्दाबाद का जोड़ा वो नारा लाया जाऊगा क्योंकि यह आख्या गया जी पार्टी पद्धर उत्ते कि वो सिर्फ ये दो परिवारों के नाल अफसोस जोड़ा वो प्रगट करने के वास्ते आ रहे हैं तो उन्होंने कोई सियासी गल जी नहीं करनी तो इनू सियासी फेरी के तौर के उत्ते जोड़ा जी ना वेख्या जाए यह जी प्रेस रिलीज है वह की गई है। सो उन्होंने इतने आने के नाल निरसंदेह वह सियासी गल कर ना कर जी फेरी है उन्हें जरा जी कई कुछ अपने आप के ही जरा जी कहना पंजाब के जो जहा माहौल पंजाब इस वे बनया होया जिथे के पंजाब के वक् वक् पिंडा के बाहर जोड़े वह साइन बोर्ड लगे हुए हैं सियासी जड़िया पार्टियां ने उन्होंने एंट्री के उत्ते दो सियासी पार्टियां खास तौर देते कि वो जिहड़ियां पिंडां दे विच ना वड़न उस मौके दे उत्ते एक वो सियासी पार्टी जिहड़ी कि इस वेले पंजाब दे विच काफ़ी तेजी दे नाल जिहड़ा जी वो वध रही है वो मुखी दा इत्थे आउणा वो किसी सवाल का जवाब देवे जां ना देवे मेरा ख्याल अपने आप ही बहुते सवालों का जवाब है जी। बिल्कुल तो आप अगे फरीदकोट की पुलिस की गल करते हैं वो अपनी ताणी विच आप ही उलझ गए जी ये जिहड़ा मामला दिन ब दिन जिहड़ा जी ये गले की हड्डी तुसीं इह कह लो कि फरीदकोट की पुलिस की पंजाब पुलिस की जिहड़ा जी वह बनदा जांदा जिहड़े दो मुंडे दो भरा जिहड़े जी वह गिरफ्तार किए ने उहदे बारे दे विच तां हुण जो कुछ सोशल मीडिया के उत्ते सारा कुछ ही आ गया इस मसले के उत्ते सीनियर पुलिस ऑफिसर जिहड़े जी वह गंभीर चुप धारी बैठे ने
ਜਿਹੜਾ ਚੈਨਲ ਬਹੁਤ ਪ੍ਰਚਾਰ ਕਰਦਾ ਸੀਗਾ ਨਾਲ ਪੱਤਰਕਾਰ ਨੂੰ ਬਿਠਾ ਕੇ ਦੀ ਕਿ ਏਦਾਂ ਏਦਾਂ ਗ੍ਰਿਫਤਾਰ ਕਰ ਲਏ, ਮਸਲਾ ਹੱਲ ਹੋ ਗਿਆ, ਗ੍ਰਿਫਤਾਰੀਆਂ ਹੋ ਗਈਆਂ, ਉਹ ਵੀ ਚੁੱਪ ਹੈ ਹੁਣ। ਉਹਨਾਂ ਦੇ ਵੱਲੋਂ ਕੁਛ ਵੀ ਜਿਹੜਾ ਦੀ ਇਸ ਮਸਲੇ ਦੇ ਉੱਤੇ ਨਹੀਂ ਬੋਲਿਆ ਜਾ ਰਿਹਾ, ਨਾ ਜਿਹੜੀਆਂ ਵੀਡੀਓਜ਼ ਆਸਟ੍ਰੇਲੀਆ ਤੋਂ ਜਾਂ ਫਿਰ ਦੁਬਈ ਤੋਂ ਜਿਹੜੀਆਂ ਆਈਆਂ ਨੇ, ਜਿਹੜੇ ਪੈਸੇ ਦੇਣ ਵਾਲੀ ਗੱਲ ਆ, ਹੁਣ ਇਸ ਮਸਲੇ ਦੇ ਉੱਤੇ ਕੁਛ ਬੋਲ ਰਹੇ ਨੇ। ਜਿਹੜੇ ਪੁਲਿਸ ਨੇ ਸਕੈਚ ਜਾਰੀ ਕੀਤੇ ਸੀਗੇ, ਉਹ ਸਕੈਚ ਜਿਹੜੇ ਜੀ ਉਹ ਨੇੜੇ ਤੇੜੇ ਵੀ ਕਿਤੇ ਨੀ ਲੱਗਦੇ, ਜਿਹੜੇ ਦੋ ਮੁੰਡਿਆਂ ਦੀ ਗ੍ਰਿਫਤਾਰੀ ਹੋਈ ਆ ਉਹਦੇ। ਹੈਰਾਨੀ ਵਾਲੀ ਗੱਲ ਇਹ ਕਿ ਜਿਹੜੇ ਫਰੀਦਕੋਟ ਪੁਲਿਸ ਦੇ ਮੁਖੀ ਨੇ ਉਹ ਕਹਿੰਦੇ ਪੁਲਿਸ ਨੇ ਕੋਈ ਸਕੈਚ ਜਾਰੀ ਨੀ ਕੀਤਾ, ਜਦੋਂ ਕਿ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਨੇ ਇਹ ਸਕੈਚ ਜਾਰੀ ਕੀਤੇ ਸੀਗੇ। ਇਹ ਦੋਨੋਂ ਜਿਹੜੇ ਮੁੰਡੇ ਸੀਗੇ ਇਹਨਾਂ ਨੇ ਸਾਫੇ ਜ਼ਰੂਰ ਬੰਨੇ ਹੋਏ ਸੀਗੇ, ਪਰ ਦੋਨੋਂ ਜਿਹੜੇ ਉਹ ਕਲੀਨ ਸ਼ੇਵਨ ਸੀਗੇ, ਇੱਕ ਨੇ ਥੋੜੀ ਥੋੜੀ ਦਾੜੀ ਰੱਖੀ ਹੋਈ ਆ। ਜਦੋਂ ਕਿ ਜਿਹੜੇ ਦੋ ਮੁੰਡੇ ਗ੍ਰਿਫਤਾਰ ਕੀਤੇ ਗਏ ਨੇ ਉਹ ਦੋਨੋਂ ਗੁਰਸਿੱਖ ਨੇ, ਅੰਮ੍ਰਿਤਧਾਰੀ ਨੇ, ਤੋਂ ਇਹ ਸਕੈਚ ਦੇ ਤਾਂ ਨੇੜੇ ਤੇੜੇ ਵੀ ਨਹੀਂ ਸੀਗੇ। ਇਹ ਸਕੈਚ ਕਿਹਨੇ ਬਣਾਇਆ, ਕਿਹਨੇ ਜਾਰੀ ਕੀਤਾ, ਮੁੜ ਕੇ ਇਹ ਗ੍ਰਿਫਤਾਰੀਆਂ ਜਿਹੜੀਆਂ ਸੀ ਉਹ ਕਿਵੇਂ ਹੋ ਗਈਆਂ। ਕੱਲ੍ਹ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਬੰਦੇ ਦੇ ਨਾਲ, ਉਹਦਾ ਤਰਕ ਵਾਹ ਜਿਹੜਾ ਜੀ ਉਹ ਵਜਨ ਦਾ ਸੀਗਾ, ਉਹ ਕਹਿੰਦਾ ਪੁਲਿਸ ਤੇ ਜਿਹੜੀ ਪ੍ਰਸ਼ਾਸਨ ਹੈ ਉਹ ਅੱਜ ਵੀ ਇਹ ਸੋਚਦਾ ਕਿ ਇਹ 1980 ਜਾਂ 1982 ਹੈ, ਜਿਹਦੇ ਵਿੱਚ ਜਿਹਦੇ ਉੱਤੇ ਜਦੋਂ ਮਰਜ਼ੀ ਜਿਹੜੇ ਤਰੀਕੇ ਨਾਲ ਤੁਸੀਂ ਚਾਹੋਗੇ ਪਰਚਾ ਦਰਜ ਕਰ ਦਿਓਗੇ, ਜਿਹੜੇ ਤਰੀਕੇ ਨਾਲ ਚਾਹੋਗੇ ਉਹਨੂੰ ਤਸ਼ੱਦਦ ਕਰਕੇ ਜਿਹੜਾ ਦੀ ਡਰਾ ਲਓਗੇ। ਪਰ ਪ੍ਰਸ਼ਾਸਨ ਤੇ ਪੁਲਿਸ ਜਿਹੜੀ ਹੈ ਜੀ ਇੱਥੇ ਜਿਹੜੀ ਸਭ ਤੋਂ ਵੱਡੀ ਭੁੱਲ ਇਹ ਕਰ ਰਹੀ ਹੈ ਕਿ ਇਹ 2015 ਹੈ ਔਰ ਇਹਦੇ ਵਿੱਚ ਜਿਹੜੀ ਕਮਿਊਨਿਟੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਵਿਦੇਸ਼ਾਂ 'ਚ ਫੈਲ ਗਈ ਆ, ਵਿਦੇਸ਼ਾਂ 'ਚੋਂ ਚੱਲਦਾ ਮੀਡੀਆ, ਆਨਲਾਈਨ ਮੀਡੀਆ ਤੇ ਖਾਸ ਤੌਰ ਦੇ ਉੱਤੇ ਸੋਸ਼ਲ ਨੈਟਵਰਕ ਸਾਈਟਸ ਜਿਹੜੀਆਂ ਨੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਕੁਝ ਜਿਹੜਾ ਦੀ ਉਹ ਉਧੇੜ ਕੇ ਰੱਖ ਦਿੰਦੀਆਂ ਨੇ ਕਿ ਆਹ ਅਸਲੀਅਤ ਹੈ। ਬੇਸ਼ੱਕ ਇੱਥੇ ਜਿਹੜਾ ਜੀ ਡਰਾਇਆ ਧਮਕਾਇਆ ਜ਼ਰੂਰ ਜਾ ਰਿਹਾ, ਇੱਕ ਜਿਹੜਾ ਸਰਕਾਰੀ ਚੈਨਲ ਆ ਉਹਦੇ ਵੱਲੋਂ ਉਹਦੇ ਉੱਤੇ ਬਾਰ ਬਾਰ ਜਿਹੜੀ ਚੀਜ਼ ਆ ਉਹ ਦਿਖਾਈ ਜਾ ਰਹੀ ਆ ਕਿ ਇੱਥੇ ਜੇ ਕਿਸੇ ਨੇ ਫੇਸਬੁੱਕ ਤੇ ਲਿਖਿਆ ਜਾਂ ਕਿਸੇ ਨੇ ਅੱਗੇ ਜਿਹੜਾ ਜੀ ਉਹਨੂੰ ਸ਼ੇਅਰ ਕੀਤਾ ਉਹਦੇ ਉੱਤੇ ਪੁਲਿਸ ਜਿਹੜੇ ਆ ਜੀ ਉਹ ਪਰਚੇ ਦਰਜ ਕਰੂਗੀ। ਪਰ ਸਵਾਲ ਇਹ ਆ ਕਿ ਪਰਚੇ ਕਿੰਨੀ ਕੁ ਗਿਣਤੀ ਦੇ ਵਿੱਚ ਕਿਤੇ ਜਿਹੜੇ ਜੀ ਉਹ ਦਰਜ ਹੋ ਜਾਣਗੇ। ਆ ਬਿਲਕੁਲ ਜੀ, ਉਹਦੇ ਕਹਿਣ ਦਾ ਭਾਵ ਸੀ ਜਾਂ ਪੁਲਿਸ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ, ਕਿਉਂਕਿ ਅਸੀਂ ਸਾਡੀ ਜਿਹੜੀ ਉਹ ਗੁੰਡਾਗਰਦੀ ਆ ਉਸ ਨੂੰ ਉਜਾਗਰ ਕੀਤਾ ਜਾਂਦਾ। ਵੈਸੇ ਉਹ ਪਹਿਲਾਂ ਵੀ ਲਿਖਿਆ ਜਾਂਦਾ ਸੀਗਾ, ਪਹਿਲਾਂ ਵੀ ਬਹੁਤ ਕੁਛ ਹੁੰਦਾ ਸੀ, ਪਰ ਉਹ ਆਪਣਾ ਬਚਾਅ ਕਰਦੇ। ਅਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕੀਤੀ ਸੀ, ਕਿਸਾਨ ਕਰਜ਼ੇ ਥੱਲੇ ਦੱਬੇ ਹੋਏ ਆ ਅਤੇ ਦੋ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਜੀ ਇਹ ਜਿਹੜਾ ਦੀ ਦੇਖੋ ਜਾਰੀ ਆ, ਹੁਣ ਦੋ ਹੀ ਰਾਹ ਨੇ ਕਿਸਾਨਾਂ ਦੇ ਕੋਲੇ, ਜਾਂ ਤਾਂ ਉਹ ਸੰਘਰਸ਼ ਕਰੇ ਸੜਕਾਂ ਤੇ ਆ ਜਾਏ ਜਾਂ ਫਿਰ ਉਹ ਖੁਦਕੁਸ਼ੀ ਕਰ ਲਏ, ਤੀਜਾ ਰਾਹ ਕੋਈ ਨਹੀਂ ਬਚਿਆ ਜੀ ਕਿਸਾਨ ਦੇ ਕੋਲੇ। ਆਈ ਥਿੰਕ ਜਿਹੜੇ ਸੰਘਰਸ਼ ਕਰ ਰਹੇ ਕਿਸਾਨ ਨੇ ਉਹਨਾਂ ਨੂੰ ਥੋੜਾ ਬੂਸਟ ਕਰਨਾ ਇਸ ਕਰਕੇ ਜ਼ਰੂਰੀ ਆ ਜੀ, ਇਹ ਇੱਕ ਰਾਹ ਆ ਇਹਨਾਂ ਨੂੰ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣ ਦਾ ਕਿ ਸੰਘਰਸ਼ ਕਰੋ ਤੁਸੀਂ, ਇਉਂ ਜਿਹੜੀਆਂ ਆਪਣੀ ਜ਼ਿੰਦਗੀ ਆ ਉਹ ਜਾਇਆ ਨਾ ਕਰੋ। ਪਰ ਸਵਾਲ ਇਹ ਹੈ ਜੀ ਕਿ ਉਹ ਵਿਚਾਰੇ ਇੰਨੇ ਉਲਝ ਗਏ ਨੇ, ਇੰਨੇ ਗਰੀਬ ਹੋ ਗਏ ਕਿ ਉਹਨਾਂ ਨੂੰ ਕੋਈ ਰਾਹ ਜਿਹੜਾ ਜੀ ਉਹ ਲੱਭ ਨਹੀਂ ਰਿਹਾ। ਪਿਛਲੇ 24 ਘੰਟਿਆਂ ਦੇ ਵਿੱਚ ਵੀ ਦੋ ਕਿਸਾਨਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਕੀਤੀ ਹੈ। ਇੱਕ ਤਾਂ ਇਹ ਜਿਹੜੀਆਂ ਘਟਨਾਵਾਂ ਨੇ ਸ਼ੇਰਪੁਰ ਦੇ ਪਿੰਡ ਸੁਲਤਾਨਪੁਰ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਭਪਾਲ ਦੀਆਂ ਜਿਹੜੀਆਂ ਹੈਗੀਆਂ ਨੇ ਜੀ। ਸ਼ੇਰਪੁਰ ਦੇ ਵਿੱਚ ਜਿਹੜਾ ਜੀ ਸੁਲਤਾਨਪੁਰ ਦੇ ਵਿੱਚ ਕਰਜ਼ੇ ਪਿੰਡ ਹੈ ਸੁਲਤਾਨਪੁਰ, ਇੱਥੇ ਉਹਦੇ ਕਰਜ਼ੇ ਦੇ ਭਾਰ ਹੇਠ ਕਿਸਾਨ ਸੀਗਾ ਬਲਜਿੰਦਰ ਸਿੰਘ, ਜਿਹੜਾ ਕਿ 49 ਸਾਲਾਂ ਦਾ ਸੀਗਾ ਜੀ। ਉਹਨੇ ਜਿਹੜੀ ਸੀ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ। ਉਹਦਾ ਜੱਦੀ ਪਿੰਡ ਬਾਲੀਆਂ ਸੀਗਾ, ਪਰ ਉਹ ਕਾਫੀ ਸਮੇਂ ਤੋਂ ਆਪਣੇ ਨਾਨਕੇ ਸੁਲਤਾਨਪੁਰ ਪਿੰਡ ਦੇ ਵਿੱਚ ਜ਼ਮੀਨ ਲੈ ਕੇ ਪਰਿਵਾਰ ਸਣੇ ਰਹਿੰਦਾ ਸੀਗਾ। ਢਾਈ ਏਕੜ ਦਾ ਮਾਲਕ ਜਿਹੜਾ ਕਿਸਾਨ ਸੀਗਾ, ਉਹਦਾ ਇੱਕ ਪੁੱਤ ਤੇ ਇੱਕ ਧੀ ਆ। ਨਰਮੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਕਰਜ਼ੇ ਦੇ ਭਾਰ ਦੇ ਹੇਠ ਆਇਆ ਇੱਕ ਹੋਰ ਕਿਸਾਨ ਜੀਤਾ ਸਿੰਘ, ਜਿਹੜਾ ਕਿ ਪਿੰਡ ਮਾਨਸਾ ਦੇ ਨੇੜੇ ਭਪਾਲ ਦੇ ਵਿੱਚ ਰਹਿੰਦਾ ਸੀਗਾ ਜੀ। ਉਹਨੇ ਵੀ ਸਲਫਾਸ ਖਾ ਕੇ ਜਿਹੜੀ ਆ ਉਹ ਖੁਦਕੁਸ਼ੀ ਕਰ ਲਈ ਹੈ। ਉਹਦੇ ਸਿਰ 6 ਲੱਖ ਰੁਪਈਏ ਦਾ ਕਰਜ਼ਾ ਸੀਗਾ ਜੀ, ਉਹ ਇਹ ਕਰਜ਼ਾ ਲਾਉਣ ਤੋਂ ਅਸਮਰੱਥ ਸੀਗਾ। ਉਹਦੀ ਘਰਵਾਲੀ, ਦੋ ਬੇਟੀਆਂ, ਦੋ ਜਿਹੜੇ ਉਹ ਬੇਟੇ ਨੇ, ਇਹ 24 ਘੰਟੇ ਦੇ ਵਿੱਚ ਵਾਪਰੀਆਂ ਮੰਦਭਾਗੀਆਂ ਜਿਹੜੀਆਂ ਦੀ ਦੋ ਘਟਨਾਵਾਂ ਨੇ ਜਿਹਦੇ ਵਿੱਚ ਦੋ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਜੀ। ਤੇ ਅਖੀਰਲਾ ਮੇਰਾ ਸਵਾਲ ਹੋਊਗਾ ਜੀ, ਸ਼੍ਰੋਮਣੀ ਕਮੇਟੀ ਨੂੰ ਬਗਾਵਤ ਦਾ ਖਦਸ਼ਾ ਹੈ? ਜਿਹੜੇ ਕੱਲ ਘਟਨਾ ਜਿਵੇਂ ਵਾਪਰੀ ਆ ਜੀ, ਜਿੱਥੇ ਅਵਤਾਰ ਸਿੰਘ ਮੱਕੜਪੁਰੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਸੀਗੇ ਕਿ ਮੁਅੱਤਲ ਕੀਤੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਨੂੰ ਕੋਈ ਫੈਸਲਾ ਲੈਣ ਦਾ ਹੱਕ ਨਹੀਂ ਗਾ, ਤੇ ਮੁਅੱਤਲ ਵਿਅਕਤੀ ਜਿਹੜਾ ਜੀ ਉਹ ਕਿਵੇਂ ਫੈਸਲਾ ਲੈ ਸਕਦਾ, ਤੇ ਨਾ ਮਰਿਆਦਾ ਦੇ ਮੁਤਾਬਕ ਜਿਹੜਾ ਜੀ ਜਿਵੇਂ ਜਥੇਦਾਰ ਨੇ ਵੀ ਕਿਹਾ ਸੀਗਾ ਕਿ ਪੰਜ ਪਿਆਰਿਆਂ ਨੂੰ ਕੋਈ ਹੱਕ ਹੈ ਕਿ ਉਹ ਕੋਈ ਗੁਰਮਤਾ ਜਿਹੜਾ ਜੀ ਉਹ ਦੇ ਸਕਣ।
ਜਿਹੜਾ ਜੀ ਉਹ ਪੰਜ ਸਿੰਘ ਸਾਹਿਬਾਨ ਨੂੰ ਤਲਬ ਕਰ ਸਕਣ। ਜਦੋਂ ਇਹ ਗੱਲ ਕੀਤੀ ਤਾਂ ਉੱਥੇ ਇੱਕ ਕੰਪਿਊਟਰ ਆਪਰੇਟਰ ਵਜੋਂ ਜਿਹੜਾ ਜੀ ਕੰਮ ਕਰਦਾ ਰਮਨਦੀਪ ਸਿੰਘ ਸੀਗਾ ਜੀ, ਉਹਨੇ ਦੋ ਲਾਈਨਾਂ ਦੇ ਵਿੱਚ ਝੱਟ ਜਿਹੜੀ ਅਸਤੀਫਾ ਜਿਹੜਾ ਸੀ ਉਹ ਲਿਖ ਕੇ ਅਵਤਾਰ ਸਿੰਘ ਮੱਕੜ ਹੋਰਾਂ ਦੇ ਮੂੰਹ ਦੇ ਉੱਤੇ ਜਿਹੜਾ ਜੀ ਉਹ ਮਾਰਿਆ। ਇਹ ਕਿਹਾ ਕਿ ਮੈਂ ਅਸਤੀਫਾ ਦਿੰਦਾ। ਬਾਹਰ ਆ ਕੇ ਉਹਨੇ ਵੀਡੀਓ ਮੇਰਾ ਤੁਸੀਂ ਵੀ ਸ਼ੇਅਰ ਕੀਤੀ ਸੀ ਪੇਜ ਦੇ ਉੱਤੇ, ਉਹਨੇ ਇਹ ਗੱਲ ਕਹੀ ਕਿ ਮੈਂ ਮੱਕੜ ਦੀ ਨੌਕਰੀ ਤੋਂ ਅਸਤੀਫਾ ਦਿੱਤਾ, ਗੁਰੂ ਘਰ ਤੋਂ ਅਸਤੀਫਾ ਨਹੀਂ ਦਿੱਤਾ। ਉਹਨੇ ਬਾਹਰ ਆ ਕੇ ਇਹ ਵੀ ਗੱਲ ਕਹੀ ਸੀ ਕਿ ਮੇਰਾ ਨਾਮ ਰਮਨਦੀਪ ਸਿੰਘ ਹੈ ਤੇ ਮੇਰੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਉਹਨੇ ਇਹ ਕਿਹਾ ਕਿ ਮੱਕੜ ਉਦੋਂ ਕਿੱਥੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜਿਹੜਾ ਚੋਰੀ ਹੋਇਆ ਤੇ ਉਹਦੀ ਬੇਅਦਬੀ ਜਿਹੜੀ ਸੀ ਉਹ ਕੀਤੀ ਗਈ। ਹੁਣ ਅਵਤਾਰ ਸਿੰਘ ਮੱਕੜ ਹੋਣਾ ਨੇ 26 ਤਰੀਕ ਨੂੰ ਜਿਹੜੀ ਅਸੀਂ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਰੱਖੀ ਆ। ਜਿਹੜੀ ਆਪਾਂ ਪਹਿਲੀ ਗੱਲ ਸਾਂਝੀ ਕੀਤੀ ਸੀ ਕਿ ਪੰਜ ਪਿਆਰਿਆਂ ਨੇ ਐਗਜੈਕਟਿਵ ਕਮੇਟੀ ਨੂੰ ਜਿਹੜੀ ਹਰੀ ਉਹ ਹਦਾਇਤ ਦਿੱਤੀ ਆ, ਉਹਨੂੰ ਹੁਕਮ ਕੀਤਾ ਕਿ ਉਹ ਪੰਜ ਸਿੰਘ ਸਾਹਿਬਾਨ ਨੂੰ ਚੱਲਦਾ ਕਰੇ। ਇਸ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਰਮਨਦੀਪ ਸਿੰਘ ਦੇ ਅਸਤੀਫੇ ਤੋਂ ਬਾਅਦ ਇਸ ਵੇਲੇ ਬੜੀ ਵੱਡੀ ਪੱਧਰ ਦੇ ਉੱਤੇ ਬੇਚੈਨੀ ਪਾਈ ਜਾ ਰਹੀ ਹੈ ਜਿਹੜੇ ਮੁਲਾਜ਼ਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਉਹ ਸਮੂਹਕ ਰੂਪ ਦੇ ਵਿੱਚ ਅਸਤੀਫੇ ਦੇ ਸਕਦੇ ਨੇ। ਅੱਜ ਦਾ ਦਿਨ ਤੇ ਕੱਲ੍ਹ ਦਾ ਦਿਨ ਬੜਾ ਅਹਿਮ ਰਹੂਗਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਸਮੂਹਕ ਰੂਪ ਦੇ ਵਿੱਚ ਅਸਤੀਫੇ ਦੇ ਦਿੱਤੇ ਤਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਸਾਂਭ ਸੰਭਾਲ ਦਾ ਕੰਮ ਹੈ ਉਹਦੇ ਵਿੱਚ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਹੋ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵਿੱਚ ਵੀ ਇੱਕ ਬਗਾਵਤ ਦਾ ਖਤਰਾ ਜਿਹੜਾ ਜੀ ਉਹ ਖੜਾ ਹੋ ਗਿਆ। ਅਵਤਾਰ ਸਿੰਘ ਮੱਕੜ ਹੋਰਾਂ ਦੀਆਂ ਆਪ ਹੋਦਰੀਆਂ, ਪਰ ਮੁਸ਼ਕਲ ਇਹ ਆ ਕਿ ਅਵਤਾਰ ਸਿੰਘ ਮੱਕੜ ਹੋਰੀ ਕਰਨ ਕੀ, ਉਹਨਾਂ ਨੂੰ ਤਾਂ ਜਿਉਂ ਜਿਉਂ ਡਾਇਰੈਕਸ਼ਨ ਪਿੱਛੋਂ ਮਿਲ ਰਹੀ ਆ ਤਿਉਂ ਤਿਉਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ 2 ਦਿਨ ਜਿਹੜੇ ਨੇ ਜੀ ਇਹ ਬੜੇ ਅਹਿਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਜੀ ਕਿ ਉਹ ਕਿਹੜੇ ਤਰੀਕੇ ਦੇ ਨਾਲ ਇਸ ਮੌਜੂਦਾ ਸਥਿਤੀ ਦੇ ਨਾਲ ਹੱਲ ਕਰਦੀ ਹੈ। ਤੇ ਜੀ ਅਖੀਰ ਦੇ ਵਿੱਚ ਆ ਜਾਣਾ ਕਿ ਸੱਦਿਆ ਰੂਸ ਨੇ ਲੀਡਰ ਜੇ ਸੀਰੀਆ ਦਾ, ਗੁੱਸਾ ਕੀਤਾ ਅਮਰੀਕਾ ਫਿਰ ਬੜਾ ਵੇਲੀ। ਸੱਦਿਆ ਰੂਸ ਨੇ ਲੀਡਰ ਜੇ ਸੀਰੀਆ ਦਾ, ਗੁੱਸਾ ਕੀਤਾ ਅਮਰੀਕਾ ਫਿਰ ਬੜਾ ਵੇਲੀ। ਉਹਨਾਂ ਲਾਇਆ ਪਿਆ ਤਾਣ ਉਖਾੜਨੇ ਦਾ, ਡਟਿਆ ਮੂਹਰੇ ਹੋ ਰਿਹਾ ਸੀ ਖੜਾ ਵੇਲੀ। ਕੀਤੀ ਰੂਸ ਨੇ ਜਿੱਦਾਂ ਇਮਦਾਦ ਉਹਦੀ ਬਣਿਆ ਦੋਵਾਂ ਦਾ ਆਪਸੀ ਧੜਾ ਬੇਲੀ। ਖਾ ਲਈ ਕੌੜ ਹੈ ਤਾਂ ਹੀ ਅਮਰੀਕੀਆਂ ਵੀ, ਕਰ ਲਿਆ ਪੈਂਤੜਾ ਜਾਪੇ ਹੁਣ ਕੜਾ ਬੇਲੀ। ਟੱਕਰ ਸੀਰੀਆ ਤੀਕਰ ਜਦ ਰਹੀ ਜਾਂਦੀ, ਪੈਣਾ ਫਰਕ ਸੀ ਕੋਈ ਨਾ ਕਹਿਣ ਵਾਲਾ। ਟੱਕਰ ਸੀਰੀਆ ਤੀਕਰ ਜਦ ਰਹੀ ਜਾਂਦੀ, ਪੈਣਾ ਫਰਕ ਸੀ ਕੋਈ ਨਾ ਕਹਿਣ ਵਾਲਾ। ਇੱਧਰ ਕੌੜ ਪਈ ਖਾਧੀ ਅਮਰੀਕੀਆਂ ਨੇ, ਬਾਬਾ ਰੂਸ ਵੀ ਉੱਧਰ ਨਾ ਸਹਿਣ ਵਾਲਾ। ਜੀ ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਹਾਂ ਆਪਾਂ ਕੁਛ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।